ਅਸੀਂ ਕਹਿੰਦੇ ਹਾਂ ਕਿ ਤੁਸੀਂ ਦੱਸੋ ਤੁਹਾਨੂੰ ਨਹਿਰੀ ਪਾਣੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਚਾਹੀਦਾ, ਤੁਹਾਨੂੰ ਬਿਜਲੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚਾਹੀਦੀ ਹੈ, ਤੁਹਾਨੂੰ ਸਮੱਸਿਆਵਾਂ ਮਾਰਕੀਟਿੰਗ ਵੇਲੇ ਕੀ ਕੀ ਆਉਂਦੀਆਂ ਨੇ, ਇੱਥੇ ਬੈਠੇ ਨੇ ਐਕਸਪਰਟ ਸਾਡੇ, ਤੁਸੀਂ ਲਿਖਾ ਦਿਓ ਕੱਲਾ ਕੱਲਾ ਸੁਝਾਅ, ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਹੱਲ ਹੈ। ਹੱਲ ਵੀ ਤੁਸੀਂ ਦੱਸੋਗੇ ਵੀ ਹੱਲ ਕੀ, ਤੁਸੀਂ ਕਹੋਗੇ ਜੀ ਐਂ ਕਰਕੇ ਇਹਦੀ ਬਜਾਏ ਐਂ ਕਰ ਦੇ, ਉਹ ਹੱਲ ਹੋ ਜਾਂਦਾ ਜੀ, ਕਿਉਂਕਿ ਹੋ ਸਕਦਾ ਸਾਰਾ ਕੁਛ ਮੈਨੂੰ ਵੀ ਨਾ ਪਤਾ ਹੋਵੇ, ਤੁਹਾਨੂੰ ਜਾਇ ਪਤਾ, ਤੁਸੀਂ ਗਰਾਊਂਡ ਤੇ ਰਹਿੰਦੇ ਤੇ ਉਹ ਸੁਜੈਸ਼ਨ ਸੁਝਾਅ ਸਾਰੇ ਫੋਨ ਨੰਬਰ ਸਮੇਤ ਦੇ ਕੇ ਜਾਇਓ। ਤੁਹਾਨੂੰ ਕੱਲ ਤੋਂ ਫੋਨ ਆਉਣਗੇ ਕਿ ਤੁਸੀਂ ਆਹ ਕੱਲ ਸੁਝਾਅ ਦੇ ਕੇ ਗਏ, ਉਹਦੇ ਵਾਸਤੇ ਆਹ ਹੱਲ ਹੈ। ਹੋ ਸਕਦਾ ਤੁਹਾਨੂੰ ਅਸੀਂ ਜਦੋਂ ਵੀ ਕਿਸੇ ਵੀ ਫਸਲ ਦਾ ਜਿਹੜਾ ਬਿਜਾਈ ਦਾ ਟਾਈਮ ਹੈ ਉਹ ਤੋਂ ਮਹੀਨਾ ਪਹਿਲਾਂ ਫੇਰ ਬੁਲਾ ਲਈਏ ਕਿ ਤੁਸੀਂ ਆ ਕੇ ਦੱਸੋ ਹੁਣ ਬਿਜਾਈ ਦਾ ਟਾਈਮ ਆ ਗਿਆ, ਕੋਈ ਹੋਰ ਨਾ ਗਲਤੀ ਕਰ ਬੈਠੀਏ। ਜਿਵੇਂ ਨਰਮੇ ਦੇ ਵਿੱਚ ਹੋ ਗਈ ਕਿ ਪਹਿਲਾਂ ਚਿੱਟੀ ਸੁੰਡੀ ਖਾ ਗਈ ਫਿਰ ਗੁਲਾਬੀ ਸੁੰਡੀ ਖਾ ਗਈ, ਉਹਦਾ ਕਾਰਨ ਨੀ ਕਿਸੇ ਨੇ ਲੱਭਿਆ, ਕਿਸਮਤ ਚ ਮੰਨ ਲਿਆ ਵੀ ਫਿਰ ਸਾਡੀ ਕਿਸਮਤ ਖਰਾਬ ਸੀ ਨਾ, ਕਿਸਮਤ ਕੋਈ ਨੀ ਖਰਾਬ ਸੀ, ਅੱਜ ਕੱਲ ਕੰਪਿਊਟਰ ਲਿਖਦਾ ਕਿਸਮਤਾਂ। ਸੋ ਜੇ ਥੋੜਾ ਜਿਹਾ ਟੈਕਨੀਕ ਲਾ ਦਈਏ ਵਿੱਚ ਤਾਂ ਇਹੀ ਫਰੂਟ ਇਹੀ ਨਰਮਾ ਇਹੀ ਬਾਹ ਇਹੀ ਬਾਸਮਤੀ ਦੁਨੀਆ ਉਡੀਕੀ ਜਾਂਦੀ ਹੈ ਵੀ ਪੰਜਾਬ ਤੋਂ ਕੋਈ ਚੀਜ਼ ਆ ਜੇ, ਪਰ ਬਦਕਿਸਮਤੀ ਇਹ ਹੈ ਕਿ ਸਾਡੇ ਕੋਲ ਪ੍ਰੋਸੈਸਿੰਗ ਦੇ ਪਲਾਂਟ ਹੈ ਨੀ, ਇੱਕ ਵੀ ਨੀ ਹੈਗਾ। ਸਾਡੀ ਸਬਜ਼ੀ ਜਾਂਦੀ ਹੈ ਆਜ਼ਾਦਪੁਰ ਮੰਡੀ ਚ, ਅਸੀਂ ਜੇ ਕਿਤੇ ਪ੍ਰੋਸੈਸਿੰਗ ਕਰ ਲਈ ਉਹਦੀ ਤਾਂ ਉਹਦਾ ਦੁੱਗਣਾ ਤਿੱਗਣਾ ਚੌਗਣਾ ਉਹਦਾ ਜਿਹੜਾ ਫਾਇਦਾ ਕਿਸਾਨ ਨੂੰ ਹੋਊਗਾ। ਸਾਡਾ ਮਕਸਦ ਕੋਈ ਵਿਚਾਲੇ ਕੋਈ ਵਿਚੋਲੀਆ ਨੀ ਪਾਉਣਾ ਜਿਹੜਾ ਤੁਹਾਡਾ ਮਾਰਜਿਨ ਖਾਵੇ, ਸਾਡਾ ਮਕਸਦ ਹੈ ਸਰਕਾਰ ਕਿਸਾਨ ਮਿਲਦੀ। ਨਾਲੇ ਪਹਿਲੀ ਕਿਉਂ ਲਿਖਿਆ ਹੈ, ਪਹਿਲਾਂ ਕੀਤੀ ਨੀ ਗੱਲ, ਪਹਿਲਾਂ ਕਿਸੇ ਨੇ ਗੱਲ ਕੀਤੀ ਹੈ। ਅਸੀਂ ਕਹਿੰਦੇ ਹਾਂ ਕਿ ਤੁਸੀਂ ਦੱਸੋ ਤੁਹਾਨੂੰ ਨਹਿਰੀ ਪਾਣੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਚਾਹੀਦਾ, ਤੁਹਾਨੂੰ ਬਿਜਲੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚਾਹੀਦੀ ਹੈ, ਤੁਹਾਨੂੰ ਸਮੱਸਿਆਵਾਂ ਮਾਰਕੀਟਿੰਗ ਵੇਲੇ ਕੀ ਕੀ ਆਉਂਦੀਆਂ ਨੇ, ਇੱਥੇ ਬੈਠੇ ਨੇ ਐਕਸਪਰਟ ਸਾਡੇ, ਤੁਸੀਂ ਲਿਖਾ ਦਿਓ ਕੱਲਾ ਕੱਲਾ ਸੁਝਾਅ, ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਹੱਲ ਹੈ। ਹੱਲ ਵੀ ਤੁਸੀਂ ਦੱਸੋਗੇ ਵੀ ਹੱਲ ਕੀ, ਤੁਸੀਂ ਕਹੋਗੇ ਜੀ ਐਂ ਕਰਕੇ ਇਹਦੀ ਬਜਾਏ ਐਂ ਕਰ ਦੇ, ਉਹ ਹੱਲ ਹੋ ਜਾਂਦਾ ਜੀ, ਕਿਉਂਕਿ ਹੋ ਸਕਦਾ ਸਾਰਾ ਕੁਛ ਮੈਨੂੰ ਵੀ ਨਾ ਪਤਾ ਹੋਵੇ, ਤੁਹਾਨੂੰ ਜਾਇ ਪਤਾ, ਤੁਸੀਂ ਗਰਾਊਂਡ ਤੇ ਰਹਿੰਦੇ ਤੇ ਉਹ ਸੁਜੈਸ਼ਨ ਸੁਝਾਅ ਸਾਰੇ ਫੋਨ ਨੰਬਰ ਸਮੇਤ ਦੇ ਕੇ ਜਾਇਓ। ਤੁਹਾਨੂੰ ਕੱਲ ਤੋਂ ਫੋਨ ਆਉਣਗੇ ਕਿ ਤੁਸੀਂ ਆਹ ਕੱਲ ਸੁਝਾਅ ਦੇ ਕੇ ਗਏ, ਉਹਦੇ ਵਾਸਤੇ ਆਹ ਹੱਲ ਹੈ। ਹੋ ਸਕਦਾ ਤੁਹਾਨੂੰ ਅਸੀਂ ਜਦੋਂ ਵੀ ਕਿਸੇ ਵੀ ਫਸਲ ਦਾ ਜਿਹੜਾ ਬਿਜਾਈ ਦਾ ਟਾਈਮ ਹੈ ਉਹ ਤੋਂ ਮਹੀਨਾ ਪਹਿਲਾਂ ਫੇਰ ਬੁਲਾ ਲਈਏ ਕਿ ਤੁਸੀਂ ਆ ਕੇ ਦੱਸੋ ਹੁਣ ਬਿਜਾਈ ਦਾ ਟਾਈਮ ਆ ਗਿਆ, ਕੋਈ ਹੋਰ ਨਾ ਗਲਤੀ ਕਰ ਬੈਠੀਏ। ਜਿਵੇਂ ਨਰਮੇ ਦੇ ਵਿੱਚ ਹੋ ਗਈ ਕਿ ਪਹਿਲਾਂ ਚਿੱਟੀ ਸੁੰਡੀ ਖਾ ਗਈ ਫਿਰ ਗੁਲਾਬੀ ਸੁੰਡੀ ਲਾ ਗਈ, ਉਹਦਾ ਕਾਰਨ ਨੀ ਕਿਸੇ ਨੇ ਲੱਭਿਆ, ਕਿਸਮਤ ਚ ਮੰਨ ਲਿਆ ਵੀ ਫਿਰ ਸਾਡੀ ਕਿਸਮਤ ਖਰਾਬ ਸੀ ਨਾ, ਕਿਸਮਤ ਕੋਈ ਨੀ ਖਰਾਬ ਸੀ, ਅੱਜ ਕੱਲ ਕੰਪਿਊਟਰ ਲਿਖਦਾ ਕਿਸਮਤਾਂ। ਸੋ ਜੇ ਥੋੜਾ ਜਿਹਾ ਟੈਕਨੀਕ ਲਾ ਦਈਏ ਵਿੱਚ ਤਾਂ ਇਹੀ ਫਰੂਟ ਇਹੀ ਨਰਮਾ ਇਹੀ ਬਾਹ ਇਹੀ ਬਾਸਮਤੀ ਦੁਨੀਆ ਉਡੀਕੀ ਜਾਂਦੀ ਹੈ ਵੀ ਪੰਜਾਬ ਤੋਂ ਕੋਈ ਚੀਜ਼ ਆ ਜੇ, ਪਰ ਬਦਕਿਸਮਤੀ ਇਹ ਹੈ ਕਿ ਸਾਡੇ ਕੋਲ ਪ੍ਰੋਸੈਸਿੰਗ ਦੇ ਪਲਾਂਟ ਹੈ ਨੀ, ਇੱਕ ਵੀ ਨੀ ਹੈਗਾ। ਸਾਡੀ ਸਬਜ਼ੀ ਜਾਂਦੀ ਹੈ ਆਜ਼ਾਦਪੁਰ ਮੰਡੀ ਚ, ਅਸੀਂ ਜੇ ਕਿਤੇ ਪ੍ਰੋਸੈਸਿੰਗ ਕਰ ਲਈ ਉਹਦੀ ਤਾਂ ਉਹਦਾ ਦੁੱਗਣਾ ਤਿੱਗਣਾ ਚੌਗਣਾ ਉਹਦਾ ਜਿਹੜਾ ਫਾਇਦਾ ਕਿਸਾਨ ਨੂੰ ਹੋਊਗਾ। ਸਾਡਾ ਮਕਸਦ ਕੋਈ ਵਿਚਾਲੇ ਕੋਈ ਵਿਚੋਲੀਆ ਨੀ ਪਾਉਣਾ ਜਿਹੜਾ ਤੁਹਾਡਾ ਮਾਰਜਿਨ ਖਾਵੇ, ਸਾਡਾ ਮਕਸਦ ਹੈ ਸਰਕਾਰ ਕਿਸਾਨ ਮਿਲਦੀ। ਨਾਲੇ ਪਹਿਲੀ ਕਿਉਂ ਲਿਖਿਆ ਹੈ, ਪਹਿਲਾਂ ਕੀਤੀ ਨੀ ਗੱਲ, ਪਹਿਲਾਂ ਕਿਸੇ ਨੇ ਗੱਲ ਕੀਤੀ ਹੈ।